अबोहर बलुवाणा विधानसभा हल्के दे पिंड गद्दा डोब विच अज दुपहर एक किसान दे कणक दे खेत विच अग लगण कारण 6 किले फसल सड़ के राख हो गई। फायर ब्रिगेड की टीम ने मौके ते पहुंच के अग ते काबू पाया है। जानकारी अनुसार किसान लवप्रीत पुत्र अवतार सिंह की कणक की फसल नूं अचानक अग लग गई, जिस कारण लवप्रीत की 6 किलियां की कणक की फसल सड़ के राख हो गई। आस पास के किसानों ने खुद अग ते काबू पाने की कोशिश की, अग बुझाऊ विभाग को सूचित किया। इस मौके पर अग बुझाऊ दस्ते ने आके अग ते काबू पाया है। सूत्रों का कहना है कि किसी व्यक्ति वालों जलनशील पदार्थ सुटे जाने यह घटना वापरी है। जेकर समय सिर काबू नहीं पाया जाता तो अग नेड़े खेतों में भी फैल सकती सी। अजीत पंजाबी की ऑथेंटिक खबरों के लिए सब्सक्राइब करो अजीत वैब टीवी ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮੈਂ ਗੱਦਾਂਡੋ ਤੋਂ ਹਰਜੀਤ ਸਿੰਘ ਵਾਸੀ ਗੱਦਾਂਡੋ ਤੇ ਲਵਪ੍ਰੀਤ ਸਿੰਘ ਦੀ ਕਣਕ ਸੀ, ਇਹਨੂੰ ਅਚਾਨਕ ਅੱਗ ਲੱਗੀ ਹੈ ਤੇ ਸਾਰੀ ਸੜਕ ਸਵਾਹ ਹੋ ਗਈ। 6-7 ਕਿੱਲੇ ਥਾਂ ਸੀਗਾ ਤੇ ਸਾਰਾ ਸੜਕ ਤੇ ਸਰਕਾਰ ਨੂੰ ਚਾਹੀਦਾ ਇਹਦੇ ਬਾਰੇ ਕੁਛ ਨਾ ਕੁਛ ਮੁਆਵਜ਼ਾ ਦਿੱਤਾ ਜਾਵੇ। ਕੋਈ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਿਆ ਸਰ? ਨਹੀਂ ਜੀ, ਕੋਈ ਕਾਰਨ ਨਹੀਂ ਪਤਾ ਲੱਗਿਆ। ਉਸਦਾ ਕੋਈ ਬੀੜੀ ਸਿੱਟ ਗਿਆ ਜਾਂ ਕੀ ਕਾਰਨ ਬਣਿਆ, ਅਸਲੀ ਕੋਈ ਕਾਰਨ ਪਤਾ ਨਹੀਂ ਲੱਗਿਆ। ਜਦੋਂ ਲਾਟਾਂ ਨਿਕਲੀਆਂ ਉਹਦੇ ਪਤਾ ਲੱਗਿਆ, ਯਕਦਮ ਲਾਟਾਂ ਨਿਕਲੀਆਂ। ਫਿਰ ਅੱਗ ਤੇ ਕਾਬੂ ਕਿਵੇਂ ਪਾਇਆ ਗਿਆ ਜੀ? ਇਹ ਲੋਕ ਪਿੰਡ ਦੇ ਲੋਕ ਇਕੱਠੇ ਹੋਏ, ਟਰੈਕਟਰ ਆਏ ਲੋਕਾਂ ਨੇ ਇਕੱਠੇ ਕੀਤੇ ਤੇ ਅਚਾਨਕ ਅੱਗੋਂ ਵਾਹ ਕੇ ਫਿਰ ਕਾਬੂ ਪਾਇਆ ਗਿਆ। ਅੱਗ ਤੇ ਟਰੈਕਟਰਾਂ ਨਾਲ ਕਾਬੂ ਪਾਇਆ ਗਿਆ। ਲਵਪ੍ਰੀਤ ਸਿੰਘ ਦੀ ਕਣਕ ਜੀ ਬਲ ਗਈ, ਸਾਨੂੰ ਤਾਂ ਜਦੋਂ ਪਤਾ ਲੱਗਿਆ ਸਾਰਾ ਪਿੰਡ ਭੱਜ ਕੇ ਮਸਾਂ ਭਜਾਈ ਜੀ। 6-7 ਕਿੱਲਿਆਂ ਦਾ ਇਹਦਾ ਕਣਕ ਦਾ ਜਮਾਂ ਸੜ ਕੇ ਸਾਰੀ ਸਵਾਹ ਹੋ ਗਈ। ਤੇ ਫਿਰ ਅੱਗ ਤੇ ਕਾਬੂ ਕਿਵੇਂ ਪਾਇਆ ਸਰ? ਅੱਗ ਤੇ ਕਾਬੂ ਜੀ ਟਰੈਕਟਰਾਂ ਨਾਲ ਹੀ ਪਾਇਆ ਜੀ। ਟਰੈਕਟਰ ਤਵੀਆਂ ਨਾਲ ਹਲਾਨਾ ਵਾਹੀ ਅੱਗੋ ਅੱਗੋ ਕਣਕ 6-7 ਕਿੱਲੇ ਵਾਹਣ ਦਾ ਜਮਾਂ ਦਾਣਾ ਹੀ ਨਹੀਂ ਬਚਿਆ ਜੀ। ਤੇ ਸਰਕਾਰ ਤੋਂ ਮੰਗ ਕੀ ਕਰਦੇ ਹੋ? ਸਰਕਾਰ ਤੋਂ ਮੰਗ ਇਹੀ ਕਰਦੇ ਜੀ, ਇਹਦੀ ਕੋਈ ਮਦਦ ਹੋਵੇ ਕੁਛ ਨਾ ਕੁਛ। ਕਿਸਾਨ ਤਾਂ ਅੱਗੇ ਹੀ ਮਰਿਆ ਪਿਆ ਜੀ, ਕਰਜ਼ੇ ਹੇਠਾਂ ਕੁਛ ਨਾ ਕੁਛ ਦਿੱਤਾ ਜਾਏ ਜ਼ਿਮੀਂਦਾਰ ਦਾ ਕੋਈ ਰੇਸ ਪਰੇ ਤਾਂ ਮੁੜੇ ਜੀ। ਅੱਗ ਲੱਗੀ ਹੈ, ਕੋਈ ਕਾਰਨ ਲੱਗਿਆ? ਕਿੰਨੇ ਕੁ ਨੁਕਸਾਨ ਹੋਏ? ਨੁਕਸਾਨ ਜੀ 6-7 ਏਕੜ ਸੜ ਗਈ ਹੈ ਜੀ ਕਣਕ ਆਪਣੀ, ਤੇ ਕੋਈ ਪਤਾ ਨਹੀਂ ਲੱਗਿਆ ਕਿਵੇਂ ਲੱਗੀ ਹੈ ਜੀ। ਜਦੋਂ ਲਾਟਾਂ ਨਿਕਲੀਆਂ ਸਾਨੂੰ ਤਾਂ ਉਦੋਂ ਪਤਾ ਲੱਗਿਆ ਜੀ, ਤੇ ਪਿੰਡ ਦੇ ਸੰਯੋਗ ਨਾਲ ਅੱਗ ਬੁਝਾਈ ਹੈ ਜੀ। ਸਾਰੇ ਇਕੱਠੇ ਹੋਏ ਟਰੈਕਟਰਾਂ ਨਾਲ ਕੰਟਰੋਲ, ਕੋਈ ਸਰਕਾਰ ਦੀ ਗੱਡੀ ਨਹੀਂ ਪਹੁੰਚੀ ਜੀ, ਪਾਣੀ ਵਾਲੀ ਕੋਈ ਨਹੀਂ ਪਹੁੰਚੀ ਜੀ, ਟਰੈਕਟਰਾਂ ਨਾਲ ਹੀ ਬੁਝਾਈ ਹੈ ਜੀ। ਤੇ ਬੰਦੇ ਸੀ ਕਾਫੀ ਇਕੱਠੇ ਹੋਏ ਜੀ, ਤੇ ਕੰਟਰੋਲ ਕਰ ਰਹੇ ਜੀ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਜੀ ਲਗਭਗ 6 ਕਿੱਲੇ ਸੜ ਗਈ ਜੀ, 6-7 ਕਿੱਲੇ ਜਮਾਂ ਹੀ ਆ, ਦੇਖੋ ਜੀ ਸਾਰੀ ਸਵਾਹੀ ਹੋ ਗਈ ਜੀ। ਪਿੰਡ ਗੱਦਾ ਡੋਬ ਤੋਂ ਫੋਨ ਆਇਆ ਸੀਗਾ ਜੀ, ਲਵਪ੍ਰੀਤ ਸਿੰਘ ਦੇ ਖੇਤ ਨੂੰ ਅੱਗ ਲੱਗੀ ਹੈ ਜੀ, ਗੁਰਦੁਆਰੇ ਦੇ ਪਿੱਛੇ ਜੀ। 6 ਕਿੱਲੇ ਕਣਕ ਨੂੰ ਅੱਗ ਲੱਗ ਕੇ ਸੜ ਗਈ ਹੈ, ਸਵਾਹ ਹੋ ਚੁੱਕੀ ਹੈ ਜੀ। ਉਹ ਪਿੰਡ ਵਾਲਿਆਂ ਸੰਯੋਗ ਦੇ ਨਾਲ ਟਰੈਕਟਰਾਂ ਨਾਲ ਉਹਨਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀਗਾ ਜੀ, ਅਤੇ ਮੌਕੇ 'ਤੇ ਆ ਗਏ ਸੀ ਆਪਦਾ। ਠੀਕ ਹੈ ਸਰ। ਨੁਕਸਾਨ 6 ਏਕੜ ਕਣਕ ਹੈ ਜੀ।